कबीर जी जैसा महापुरुष उन्होंने दो शब्द असि ले लिए रेंदे ने अंत दे विद्वान च जेडे चतुर बेदी ने उथे खाटी शास्त्री ने उथे ਉਹ ਫਿਰ ਜਦੋਂ ਕਿਤੇ ਗੱਲ ਕਰਦੇ ਨਾ ਗ੍ਰੰਥ ਦੀ ਅਸੀਂ ਬਹੁਤ ਕੁਝ ਜਾਣਦੇ ਹਾਂ ਸਾਡੇ ਨਾਲ ਚਰਚਾ ਕਰ ਸਾਡਿਆਂ ਨੂੰ ਅੱਜ ਕੱਲ੍ਹ ਬੜਾ ਚਾਅ ਹੁੰਦਾ ਕਰੋ ਜੀ ਸਵਾਲ ਕਰੋ ਸਾਡੇ ਨਾਲ ਫਿਰ ਹੋਇਆ ਕੀ ਹੈ ਪਿਛਲੇ ਸਮੇਂ ਵਿੱਚ ਸੱਤ ਸੰਗਤ ਦਾ ਜਿਹੜਾ ਇਹ ਸਤਿਗੁਰੂ ਦੇ ਘਰ ਦੀ ਦਾਸ ਸੀ ਇਹਦੀ ਪਰਿਭਾਸ਼ਾ ਵੀ ਬਦਲ ਦਿੱਤੀ ਕੀਰਤਨ ਖਤਮ ਹੁੰਦੀ ਵਿੱਚੋਂ ਉੱਠ ਕੇ ਸਾਨੂੰ ਇਹ ਗੱਲ ਦਾ ਜਵਾਬ ਦਿਓ ਜੀ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੇ ਜਵਾਬ ਲੈਣਾ ਹੈ ਤਾਂ ਹਾਲ ਬੁੱਕ ਕਰਕੇ ਸੈਮੀਨਾਰ ਕਰ ਲਓ ਸਤ ਸੰਗਤ ਦੇ ਕੋਈ ਅਸੂਲ ਹੁੰਦੇ ਆ ਇੱਥੇ ਇਕਾਗਰਤਾ ਚਾਹੀਦੀ ਗੁਰੂ ਦਾ ਭੈ ਚਾਹੀਦਾ ਉੱਥੇ ਭਗਤ ਸਾਹਿਬ ਦਾ ਬਚਨ ਕਹਿ ਆਪ ਸਭ ਨੂੰ ਚੇਤੇ ਵੇ ਕਿਆ ਪੜ੍ਹੀਏ ਕਿਆ ਗੁਣੀਏ ਗੁਣੀਆਂ ਦਰ ਤੇ ਵਿਚਾਰ ਕਰਨੇ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਅੱਜ ਕਹਿ ਰਹੇ ਨੇ ਕਿ ਵੇਦ ਪੁਰਾਣ ਜਿਹੜਾ ਪੜ੍ਹਨ ਦਾ ਇਹ ਲਾਭ ਹੈ ਤੂੰ ਰੱਬ ਦਾ ਨਾਮ ਸਿਮਰ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਸਾਧੋ ਰਾਮ ਸ਼ਰਨ ਬਿਸ਼ਰਾਮਾ ਤੁਹਾਨੂੰ ਭਟਕਣਾ ਵੱਧ ਗਈ ਹੋਰ ਅਤੇ ਗੁਰਮੁਖੋ ਸੱਚੀ ਜੇ ਜਦੋਂ ਬੰਦਾ ਪੜ੍ਹਨ ਲੱਗ ਪੈਂਦਾ ਨਾ ਇਹਦਾ ਸਵਾਦ ਹੀ ਇਹੋ ਜਿਹੇ ਕਿਉਂਕਿ ਅੰਦਰ ਕਹਿੰਦਾ ਹੋਰ ਜਾਣਕਾਰੀ ਹੋਰ ਜਾਣਕਾਰੀ ਅਤੇ ਜਿਹੜੇ ਆਮ ਤੁਸੀਂ ਪੜ੍ਹਦੇ ਤੁਹਾਡੀ ਗੱਲ ਵੱਖਰੀ ਹੈ ਪਰ ਜਦੋਂ ਅਸੀਂ ਪੜ੍ਹਦੇ ਹਾਂ ਸਾਡੇ ਅੰਦਰ ਵੀ ਖੌਮੇ ਠਾ ਠਾ ਮਾਰਦੀ ਇੱਕ ਇੱਕ ਪੇਜ 'ਤੇ ਆਹ ਗੱਲ ਬੜੀ ਕਮਾਲ ਦੀ ਕੱਲ੍ਹ ਨੂੰ ਸਟੇਜ 'ਤੇ ਸੁਣਾਵਾਂਗਾ ਮੈਂ ਉਦੋਂ ਫਿਰ ਸੋਚਣਾ ਹੁੰਦਾ ਪੜ੍ਹ ਕੇ ਛੱਡ ਦੇ ਮਨਾ ਚਲੋ ਠੀਕ ਸੇਵਾ ਤਾਂ ਹੈ ਪਰ ਇਹ ਵੀ ਤਾਂ ਡੰਗ ਮਾਰ ਗਏ ਨਾ ਲੋਕ ਕਹਿਣਗੇ ਬਹੁਤ ਪੜ੍ਹਿਆ ਹਜ਼ੂਰ ਕਹਿੰਦੇ ਨਹੀਂ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਪੜ੍ਹੇ ਗੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੇ ਵਾਰੰਬਾਰਾ ਤੂੰ ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪ ਰਿਹਾ ਵਾਰ ਵਾਰ ਸੋਚੀ ਜਾ ਰਿਹਾ ਕਿਆ ਸੋਚੇ ਵਾਰੰਬਾਰਾ ਅਗਲੀ ਕੀ ਉਦਾਹਰਨ ਦਿੱਤੀ ਕਹਿੰਦੇ ਮੈਨੂੰ ਪਤਾ ਤੈਨੂੰ ਇਹ ਸਮਝ ਕੇ ਜੇ ਕੋਈ ਤੈਨੂੰ ਪੁੱਛੇ ਜੀ ਹਨੇਰਾ ਕਿਵੇਂ ਜਾਏਗਾ ਤੇ ਤੂੰ ਪੜ੍ਹਨ ਵਾਲਿਆ ਇੱਕੋ ਦਮ ਕਹੇਗਾ ਮੈਨੂੰ ਪਤਾ ਹਨੇਰਾ ਜਾਏਗਾ ਦੀਵੇ ਨਾਲ ਹਨੇਰਾ ਜਾਏਗਾ ਚਾਨਣ ਨਾਲ ਕਹਿਣ ਲੱਗੇ ਸਾਰੀ ਜ਼ਿੰਦਗੀ ਹਨੇਰੇ 'ਚ ਖਲੋ ਕੇ ਚਾਨਣ ਦੀ ਵਿਆਖਿਆ ਕਰੀ ਜਾ ਜਿਹਨੂੰ ਵਿਆਖਿਆ ਨਹੀਂ ਆਉਂਦੀ ਨਾ ਉਹ ਮਿੱਟੀ ਦਾ ਦੀਵਾ ਲਿਆ ਕੇ ਬਾਲ ਕੇ ਕਹੇਗਾ ਛੱਡ ਪਰਾਂ ਤੂੰ ਇੰਨੇ ਸਾਲਾਂ ਦਾ ਬੋਲੀ ਜਾਣਾ ਹਨੇਰਾ ਕੋਈ ਨਹੀਂ ਗਾ ਇਹਨੂੰ ਬਾਲ ਲੈ ਕੇ ਖਿੰਡ ਵੀ ਚਲਾ ਜਾਏਗਾ ਮੇਰੀ ਬੇਨਤੀ ਸਮਝ ਗਿਆ ਨਾ ਜੀ ਇੱਕ ਬੋਲ ਰਿਹਾ ਚਾਨਣ ਦੇ ਸੰਬੰਧ ਵਿੱਚ ਇੱਕ ਚਾਨਣ ਪੈਦਾ ਕਰੀ ਬੈਠਾ ਹੈ